ਅਸਾਂ ਆਪਣੇ ਸੇਨਾ ਫਿਰ ਇੱਕ ਨਵਾਂ ਦੀਆ ਜਿਹੜਾ ਹੈ ਉਹ ਰੋਸ਼ਨ ਕਰਨੇ ਵਾਸਤੇ ਜਾ ਰਹੇ ਹਾਂ ਤਬੂਬ ਅਕਬਰ ਜੰਜੂਆ ਸਾਹਿਬ ਇਨਸ਼ਾਅੱਲਾ ਤੁਸਾਂ ਨਾਲ ਤੁਸਾਂ ਕੋਲ ਤੁਸਾਂ ਸਾਹਮਣੇ ਨਵਾਂ ਪ੍ਰੋਗਰਾਮ ਕਿਨ ਕਿਆ ਸੰਤ ਤੁਸਾਂ ਨਾਲ ਗੱਲਬਾਤ ਵੀ ਕਰਿਆ ਕਰਸਨ ਆਪਣਾ ਆਪ ਸੰਭਾਲੀ ਰੱਖ ਸੱਚਿਆਂ ਨਾਲ ਪਿਆਲੀ ਰੱਖ ਤੇ ਪੱਲਾ ਨਾ ਫਕੀਰਾਂ ਦਾ ਦਿਲ غرੂਰੋਂ ਖਾਲੀ ਰੱਖ ਸੁੱਖ ਨਹੀਂ ਅਕਣਕਾਂ ਕਦੋਂ ਜਮਸਣ ਹੋਰ ਹੈ ਦਿਲ ਦੀ ਬਾੜੀ ਵਿੱਚ ਰੱਬਾ ਸਾਰੀ ਯਾਤੀ ਗੁਜ਼ਰੀ

बिसमिल्ला रमान रहीम सैदा मौलाना मुहमदूल सैद दिन मौलाना मुहमद उ बारिक वल मोहरम नाजरीन तसा ना मेजबान सैयद इरफान अलसनी ना मुखातब हाँ जिस तरह के जानने पुठवारी लैंग्वेज ने वाले नाल पुठवार खिता है पुठवारनी जड़ी तहजीब है और इसनी सकाफत ने वाले असा कुछ अर्सा पहले एक मजाहीया प्रोग्राम मासी बिसमिल ने नायक तूा शुरू किया और तकने भी रहे और बड़ा अच्छा फीडबैक लोगों उस प्रोग्राम ने दिता है असा चाह रहे कि पठवारी जुबानी तरवीज़ इशात वा और पठवारी जड़ा है दूसरिया जुबाना ने मुकाबले आने जुबान ते बहरहाल एक, एक मौजूद है और इसना अपना एक खूबसूरत वजूद भी मौजूद है खिता है ना एक खूबसूरत इलाका और इस इलाके बोली जाने एक खूबसूरत जुबान जी है अपना वजूद तो रखनी है इसकी लोगों ਔਰ ਦੂਸਰੇ ਖਿੱਤੇ ਦੇ ਲੋਕਾਂ ਨਾਲ ਜਿਹੜਾ ਹੈ ਰੁਸ਼ਨਾਸ ਕਰਾਣੇ ਵਾਸਤੇ ਉਹਨਾਂ ਤੱਕ ਇਸ ਜ਼ੁਬਾਨ ਦਾ ਮੈਸੇਜ ਇਸ ਜ਼ੁਬਾਨ ਦੀ ਮਿਠਾਸ ਔਰ ਇਸ ਜ਼ੁਬਾਨ ਦਾ ਪੈਗਾਮ ਪਹੁੰਚਾਣੇ ਵਾਸਤੇ ਅਸਾਂ ਆਪਣੇ ਹਿੱਸੇ ਨਾਲ ਫਿਰ ਇੱਕ ਨਵਾਂ ਦੀਆ ਜਿਹੜਾ ਹੈ ਉਹ ਰੋਸ਼ਨ ਕਰਨੇ ਵਾਸਤੇ ਜਾ ਰਹੇ ਹਾਂ ਫਿਰ ਖਿੱਤਾ ਪੁਠਵਾਰ ਨਹੀਂ ਇੱਕ ਬਹੁਤ ਖੂਬਸੂਰਤ ਸ਼ਖਸੀਅਤ ਜਿਹੜੀ ਕਿ ਖਿੱਤਾ ਪੁਠਵਾਰ ਵਿੱਚ ਇਸ ਵੇਲੇ ਸੈਦ ਆਲੇ ਇਮਰਾਨ ਸ਼ਾਹ ਸਾਹਿਬ ਮਰਹੂਮ ਅੱਲਾਹ ਤਾਲਾ ਉਹਨਾਂ ਦੀ ਕਬਰ ਤੇ ਰਹਿਮਤਾਂ ਕਰੇ ਉਹਨਾਂ ਨੇ ਪੁਠਵਾਰੀ ਜ਼ੁਬਾਨ ਵਾਸਤੇ ਬਹੁਤ ਕੰਮ ਕੀਤਾ ਉਹਨਾਂ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਜਾਂ ਦੀਗਰ ਚੈਨਲਸ ਉੱਤੇ पठवारी जुबान तरवीज भी दे रहे हैं और बड़ी खूबसूरत लहजे के अंदर बड़े खूबसूरत लहजे के अंदर वो जुबान बोलने भी ने शायरी भी करने ने। ते जिस तरह एक शाह साहब न अपना मिजाज सा उस तरह ही साढ़े एक बड़े प्यारे वीर असा ने बड़े प्यारे अजीज़ जनाब मोहतरम तैमूर अकबर जंजूआ साहब असा नाल मौजूद ने यह नव प्रोग्राम लैके इंशाला चल सन असान ने तैमूर जी बहुत शुक्रिया तो सी कीमती वक्त ना मैं चाह सी जे नाजरीन ने उन्हें दसो कि ਕਿ ਕਿਸ ਤਰ੍ਹਾਂ ਇਸ ਪ੍ਰੋਗਰਾਮ ਕੀ ਅੱਗੇ ਚਲਾਸੋ ਤੇ ਅਗਲੇ ਜਿਹੜੇ ਇਕਦਮਾਤ ਹੋਸਨ ਪਠਵਾਰੀ ਜ਼ੁਬਾਨ ਵਾਸਤੇ ਪਠਵਾਰੀ ਲੈਂਗੁਏਜ ਵਾਸਤੇ ਪਠਵਾਰੀ ਤਹਿਜ਼ੀਬ ਵਾਸਤੇ ਉਹ ਅਸਾਂ ਕਿਸ ਤਰ੍ਹਾਂ ਉਹਨਾਂ ਕੀ ਲੈ ਕੇ ਅੱਗੇ ਚੱਲ ਸਕਾਂ ਸਾਰੇ ਤੱਕ ਆ ਰਹੇ ਆਂ ਕੀ ਮੁਹੱਤਾਬਲਾ ਸਲਾਮ ਜੀ ਸ਼ਾ ਜੀ ਤੁਸੀਂ ਗੱਲ ਕੀਤੀ ਹੈ ਮਾਂ ਬੋਲੀ ਪਠਵਾਰੀ ਨਹੀਂ ਤੇ ਮੈਂ ਸ਼ੁਰੂ ਵਿੱਚ ਕੁਝ ਲਫ਼ਜ਼ ਜ਼ਰੂਰ ਇਸ ਤਰ੍ਹਾਂ ਕੁਝ ਅੱਖਰ ਜਿਹੜੇ ਵੇ ਉਹ ਮੈਂ ਇਸਤੇਮਾਲ ਕਰਨਾ ਚਾਹਾਂ ਕਿ ਪਠਵਾਰੀ ਇੱਕ ਸੋਹਣੀ ਮਿੱਠੀ ਗੁਜਲੀ ਗੁਦਲੀ ਸਚਜਾਂ ਤੇ ਵਸਬਾਂ ਵਾਲੀ ਜ਼ੁਬਾਨ ਨਹੀਂ ਵਾਹ ਵਾਹ ਸਾਡੀ ਸੋਹਣੀ ਮਿੱਠੀ ਮਾਂ ਬੋਲੀ ਹੈ ਤੇ ਜਿਸ ਤਰ੍ਹਾਂ ਪ੍ਰੋਗਰਾਮ ਨਾ ਜ਼ਿਕਰ ਹੋਇਆ ਇਸ ਨਾ ਜਿਹੜਾ ਇbtedਾਈਆ ਪ੍ਰੋਗਰਾਮ ਸਾ ਸੈਦ ਆਲੇ ਇਮਰਾਨ ਸ਼ਾਹ ਜੀ ਹੋਰਾਂ ਕੀਤਾ ਸਾ ਨਾਮ ਵੀ ਉਹਨਾਂ ਦਿੱਤਾ ਸਾ ਇਸ ਪ੍ਰੋਗਰਾਮੇ ਨਾ ਉਸ ਤੋਂ ਬਾਅਦ ਇੱਕ ਪ੍ਰੋਗਰਾਮ ਤੁਸੀਂ ਵੀ ਕੀਤਾ ਤੇ ਹੁਣ ਸ਼ਾਦੀਨੀ ਬਰਸੀ ਵੀ ਜਿਹੜਾ ਬਿਲਕੁਲ ਕਰੀਬ ਹੈ ਉਹ ਬੇਸ਼ਤੀ ਹੋਏ 1 ਸਾਲ ਹੋ ਗਿਆ ਸਾਢੇ 2 ਜੁਦਾ ਹੋਇਆ ਉਹਨਾਂ ਕੀ ਤੇ ਹੁਣ ਅਸਾਂ ਬਿਲਕੁਲ ਇੱਕ ਜਿਹੜਾ ਪ੍ਰੋਗਰਾਮ ਜਿਹੜਾ ਇਹ ਅਜੀਬ ਬਿਸਮਿਲ੍ਲਾ ਕਰਾਂ ਇਸ ਕਿ ਉਸ ਨੂੰ ਦੁਬਾਰਾ ਤੋਂ ਜਿਹੜਾ ਵਾ ਆਪਣੇ ਚੈਨਲ ਉਪਰ ਸ਼ੁਰੂ ਕਰ ਕਰਸਾਂ ਜਿਸਨੇ ਵੀ ਜਸਾਂ ਪਠਵਾਰਨੀ ਤਜ਼ੀਬ ਉਪਰ ਗੱਲ ਕਰਸਾਂ ਪਠਵਾਰਨੀ ਸਕਾਫਤ ਉਪਰ ਗੱਲ ਕਰਸਾਂ ਉਸਨੇ ਖੇਲ ਗੱਲ ਕਰਸਾਂ ਖਿਲਾੜੀਆਂ ਉਪਰ ਗੱਲ ਕਰਸਾਂ ਸ਼ਖਸੀਅਤ ਉਪਰ ਗੱਲ ਕਰਸਾਂ ਇਥੇ ਨੇ ਸ਼ਾਇਰ ادیਬ ਲਖਾਰੀ ਇਹ ਉਹਨਾਂ ਉਪਰ ਗੱਲ ਕਰਸਾਂ ਅਦਾਕਾਰਾਂ ਫਨਕਾਰਾਂ ਉਪਰ ਅਸਾਂ ਗੱਲ ਕਰਸਾਂ ਯਾਨੀ ਅਸਾਂ ਕੋਸ਼ਿਸ਼ ਕਰਸਾਂ ਕਿ ਹਰ ਹਵਾਲੇ ਨਾਲ ਜਿਸ ਤਰ੍ਹਾਂ ਅਸਾਂ ਆਪਣੀ ਇਸਤਮਾ ਬੋਲੀ ਨਹੀਂ ਜਣਾ ਵਾ ਉਹ ਖidmat ਕਰੀ ਸਕਣੇ ਅਸਾਂ ਕਰੀਏ ਤਾਂ ਬਿਲਕੁਲ ਉਸਨੇ ਨਾਲ ਜਿਹੜਾ ਵਾ ਅਸਾਂ ਜਿਹੜਾ ਮਰਕਜ਼ੀ ਕਿਰਦਾਰ ਇਸ ਤਰ੍ਹਾਂ ਸਾਰੇ ਤਕਿਆਰ ਸਾਰੇ ਜਾਣਦੇ ਬਿਲਕੁਲ ਔਰ ਪਸੰਦ ਕਰਨੇ ਉਸ ਕਿਰਦਾਰ ਕੀ ਜੜਾ ਉਹ ਮਾਸੀ ਬਖਤਾ ਸਾਡੇ ਨਾਲ ਹੌਸਣ ਔਰ ਜੀ ਬਿਸਮਿਲਲਾ ਕਹਨਾ ਅਸਾਂ ਸਾਰਿਆਂ ਕੀ ਬਿਸਮਿਲਲਾ ਕਰਿਆ ਕਰਸਾਂ ਮਾਸੀ ਬਿਸਮਿਲਲਾ ਨੇ ਨਾਏ ਤੋ ਅਸਾਂ ਜੀ ਬਿਲਕੁਲ ਮਾਸੀ ਬਿਸਮਿਲਲਾ ਔਰ ਅਸਾਂ ਨਾਲ ਹੌਸਣ ਜੀ ਤੇ ਉਹ ਸਾਰਿਆਂ ਕੀ ਬਿਸਮਿਲਲਾ ਕਰਿਆ ਕਰਸਾਂ ਤੇ ਬਿਲਕੁਲ ਇਸ ਤਰ੍ਹਾਂ ਸਾਂ ਇਹ ਪ੍ਰੋਗਰਾਮ ਚਲਾਸਾਂ ਤੇ ਬਹੁਤ ਜਲਦ ਜੜਾ ਵਾ ਅਸਾਂ ਇਹ ਪ੍ਰੋਗਰਾਮ ਕਿ ਨਹੀਂ ਕੇ ਬਹੁਤ ਵੈਲੇ ਅਸਾਂ ਤੁਸਾਂ ਦੀ ਖਿਦਮਤ ਵਿੱਚ ਦੁਬਾਰਾ ਜੜਾ ਹਾਜ਼ਰ ਹੋ ਸਾਂ ਤੁਸਾਂ ਇਹ ਸਮਝੋ ਕਿ ਅਸਾਂ ਆ ਗਏ ਤੇ ਆਏ ਤੇ ਮੋਰ ਜੀ ਤੁਸਾਂ ਇੱਕ ਸ਼ੁਰੂਜ ਪ੍ਰੋਗਰਾਮ ਨੇ ਸ਼ੁਰੂਜ ਆਪਣੇ ਪ੍ਰੋਗਰਾਮਾ ਚ ਗੱਲ ਆਖਣੀ ਹੋਣੀ ਓ ਤੁਸਾਂ ਨਾ ਖਾਤਰਦਾਰ ਤੇ ਬੜੀ ਸੋਹਣੀ ਸ਼ਾਇਰੀ ਵੀ ਕਰਨੀ ਓ ਤੇ ਜੁਲਿਓ ਜੁਲਿਓ ਚਲੋ ਇਸ ਇਬਤਦਾਈ ਚ ਜਿਹੜਾ ਅਸਾਂ ਲੋਗਾਂ ਨੂੰ ਦੱਸਨੇ ਪਿਆ ਤੁਸਾਂ ਕੁਝ ਆਪਣਾ ਖੂਬਸੂਰਤ ਜਿਹਾ ਅੰਦਾਜ਼ ਵੀ ਅਪਣਾਓ ਤੇ ਨਾਲ ਕੋਈ ਸ਼ੇਰ ਵੀ ਸੁਣਾਓ ਜੀ ਬਿਲਕੁਲ ਉਹ ਸ਼ੁਕਰੀਆ ਤੁਸਾਂ ਨਾ ਖਾਤਰਦਾਰ खातरदार जड़ा लफ्ज़ आ सैयद अले इमरान शाह जी और को असं मिले और फिर उन्होंने निझाती बच ही मैं प्रोग्राम एक शुरू किया ग्लोबल टी वी ऑल एंडा ने खातरदार ने नाइनल जिसकी उन्हें बड़िया मुआबत दीतिया और वो एक सिलसिला जरा वा चलना पाया जिस तरह तिक्र किया उस हवाले नाल कुछ सुनाइए तो बिल्कुल जरूर जड़ा वा अस तो सुनासा ਕਿ ਲੇਕਿਨ ਸ਼ੁਰੂ ਵਿੱਚ ਜਿਹੜਾ ਇੱਕ ਪਹਿਲਾ ਮੁਖਤਸਰ ਜਾਓ ਮੈਂ ਸਮਝਣਾ ਕਿ ਕਿਉਂਕਿ ਸਾਂ ਸੈਦ ਅਲੀ ਇਮਰਾਨ ਸ਼ਾਹ ਜੀ ਹੋਰਾਂ ਦੀ ਯਾਦ ਪੇ ਕਰਨੇ ਆ ਤੇ ਉਹ ਉਸ ਹਵਾਲੇ ਨਾਲ ਜਿਹੜਾ ਵਾ ਸਾਂ ਥੋੜਾ ਜਿਹਾ ਚਲੀ ਆ ਕਿ ਸ਼ਾਹ ਜੀ ਲਿਖਿਆ ਸਾ ਕਿ ਸੁਖ ਨੀਆਂ ਕਣਕਾਂ ਕਦੋਂ ਜਮਸਣ ਵਾ ਸੁਖ ਨੀਆਂ ਕਣਕਾਂ ਕਦੋਂ ਜਮਸਣ ਕਦੋਂ ਜਮਸਣ ਖੌਰਾ ਦਿਲ ਦੀ ਬਾੜੀ ਵਿੱਚ ਸੁਖ ਨੀਆਂ ਕਣਕਾਂ ਕਦੋਂ ਜਮਸਣ ਖੌਰਾ ਦਿਲ ਦੀ ਬਾੜੀ ਵਿੱਚ ਰੱਬਾ सारी याती गुजरी इसे माड़ी ताड़ी आ, 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 आ। रबा सारी याती गुजरी इसे माड़ी ताड़ी तो ता बिल्कुल एक जड़ा वा मैं अपना कलाम भी ज़ाव है, ज़ाव है। माँ बोली ने हवाले ना जरा वा वह बिल्कुल सुना चाह स के अपना आप संभाली रख आ, ਇਮੇ ਆਰ ਪ੍ਰੋਗਰਾਮੇ ਸੁਣਾਣਾ ਵਾ ਉਸਨੇ ਇਸਨੇ ਮੱਤਾਂ ਆਇਆ ਇਸਨੇ ਜੀ ਵਸੀਤ ਆਇਆ ਔਰ ਮਾਂ ਬੋਲੀ ਦੀ ਖਿਦਮਤ ਨਾ ਔਰ ਉਸ ਹਵਾਲੇ ਨਾਲ ਤੁਹਾਡੀ ਕੋਸ਼ਿਸ਼ ਹੋਣੀ ਕਿ ਇਹ ਮੈਸੇਜ ਇਹ ਪੇਗਾਮ ਇਸਨਿਆ ਸਦਾ ਸਾਰਿਆਂ ਦਰਗਤ ਹੈ ਕਿ ਆਪਣਾ ਆਪ ਸੰਭਾਲੀ ਰੱਖ ਸੱਚਿਆਂ ਨਾਲ ਪਿਆਲੀ ਰੱਖ ਵਾ ਵਾ ਆਪਣਾ ਆਪ ਸੰਭਾਲੀ ਰੱਖ ਸੱਚਿਆਂ ਨਾਲ ਸੱਚਿਆਂ ਨਾਲ ਪਿਆਲੀ ਰੱਖ ਤੇ ਪੱਲਾ ਨਾ ਫਕੀਰਾਂ ਨਾਲ ਦਿਲ ਨੂੰ ਗਰੂਰੋਂ ਖਾਲੀ ਰੱਖ ਵਾ 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 ਪੱਲਾ ਨਾ ਫਕੀਰਾਂ ਨਾਲ ਦਿਲ ਦੇ ਗਰੂਰ ਨੂੰ ਖਾਲੀ ਰੱਖ ਤਰ ਰਾਹ ਪੁਲਿਆਂ ਤੈ ਬਣ ਜੁਗਨੂ ਰਾਹ ਪੁਲਿਆਂ ਤੈ ਬਣ ਜੁਗਨੂ ਦਿਲ ਨਾ ਦੀਵਾ ਬਾਲੀ ਰੱਖ ਰਾਹ ਪੁਲਿਆਂ ਤੈ ਬਣ ਜੁਗਨੂ ਦਿਲ ਨਾ ਦੀਵਾ ਬਾਲੀ ਰੱਖ ਤੇ ਸੁੱਖਾ ਨਹੀਂ ਬਣਕਾਰੀ ਕਰ ਸੁੱਖਾ ਨਹੀਂ ਬਣਕਾਰੀ ਕਰ ਆਪਣੇ ਦੁੱਖ ਸਵਾਲੀ ਰੱਖ ਤੇ ਸੋਣੀ ਮਿੱਠੀ ਮਾ ਬੋਲੀ ਨਾ ਪੁੱਤਰ ਬਣ ਰਖਵਾਲੀ ਰੱਖ ਬਹੁਤ ਸ਼ੁਕਰੀਆ ਤਮੂਰ ਜੀ ਤੁਸਾਂ ਨਾ ਮਾਹਤਮ ਨਾਜ਼ਰੀਨ ਤਮੂਰ ਅਕਬਰ ਜੰਜੂਆ ਸਾਹਿਬ ਇਨਸ਼ਾ ਅੱਲਾ ਤੁਸਾਂ ਨਾਲ ਤੁਸਾਂ ਕੋਲ ਤੁਸਾਂ ਸਾਹਮਣੇ ਨਵਾਂ ਪ੍ਰੋਗਰਾਮ ਕਿਨ ਕਿਆ ਸੰਤ ਤੁਸਾਂ ਨਾਲ ਗੱਲਬਾਤ ਵੀ ਕਰਿਆ ਕਰਸਨ ਤੇ ਤੁਸਾਂ ਇਹ ਕਰਨਾ ਹੈ ਕਿ ਇਸ ਪ੍ਰੋਗਰਾਮ ਨਾਲ ਲਿੰਕ ਜਿਸ ਟਾਈਮ ਤੁਸਾਂ ਕੀ ਮਿਲੇ ਉਹ ਸ਼ੇਅਰ ਵੀ ਕਰਨਾ ਹੈ ਆਪਣੇ ਦੋਸਤਾਂ ਤੱਕ ਉਸ ਕੀ ਪਹੁੰਚਾਣਾ ਵੀ ਹੈ ਉਸ ਤੇ ਆਪਣੀ ਕੀਮਤੀ رائے ਨਾਲ ਇਜ਼ਹਾਰ ਵੀ ਕਰਨਾ ਹੈ ਕਿਉਂਕਿ ਅਸਾਂ ਤੁਸਾਂ ਦੀ رائے ਨਾਲ ਇਤਰਾਮ ਕਰਨੇ ਆ ਤੁਸਾਂ ਦੇ ਕਮੈਂਟਸ ਪੜਨੇ ਆ ਤੇ ਫਿਰ ਉਸ ਤੋਂ ਬਾਅਦ ਅਗਲੇ ਜਿਹੜੇ ਹਨ ਉਹ ਫੈਸਲੇ ਵੀ ਕਰਨੇ ਆ ਅਜੇ ਫਿਲਹਾਲ ਤਾਂ ਕਪੜੇ ਮੇਜ਼ਬਾਨ ਕੀ ਇਜਾਜ਼ਤ ਦਿਓ ਤੇ ਅਗਲਾ ਪ੍ਰੋਗਰਾਮ ਇਨਸ਼ਾਅੱਲਾ ਤੁਸਾਂ ਤੱਕ ਸੋ ਜਨਾਬ ਤੈਮੂਰ ਹੋ ਰਹਿਣਾ